ਲੰਬੇ ਸਮੇਂ ਤੋਂ ਸਾਡਾ ਸਾਰਾ ਪਰਿਵਾਰ ਜਿਹੜਾ ਵਾ ਰਾਜਨੀਤੀ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਜੁੜ ਕੇ ਹਰ ਮੁੱਦੇ ਦੇ ਉੱਤੇ ਅਸੀਂ ਜਿਹੜੀ ਆ ਇਹ ਲੜਾਈ ਲੜਦੇ ਰਹੇ। ਅੱਜ ਹਲਕੇ ਦੇ ਨੌਜਵਾਨਾਂ ਦਾ ਖਾਸ ਤੌਰ 'ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਵੀ ਜਿਨ੍ਹਾਂ ਨੇ ਇਹ ਇਲੈਕਸ਼ਨ ਜਿਹੜੀ ਆਪਦੇ ਸਮਝ ਕੇ ਇਹ ਉਹਨਾਂ ਨੇ ਚੋਣ ਲੜੀ ਆ। ਔਰ ਇੱਕ ਮਾਹੌਲ ਜੋ ਇਲੈਕਸ਼ਨ ਦੇ ਦੌਰਾਨ ਸੀਗਾ ਉਦੋਂ ਹੀ ਦੇਖ ਰਿਹਾ ਸੀਗਾ ਵੀ ਇੱਕ ਬੜੀ ਵੱਡੀ ਲੀਡ ਦੇ ਨਾਲ ਜਿਹੜੀ ਆ ਕਾਂਗਰਸ ਪਾਰਟੀ ਸਾਡੀ ਹਲਕੇ ਤੋਂ ਜਿੱਤੂਗੀ। ਹੁਣ ਕਈ ਕੰਮ ਹੈਗੇ ਆ ਮੁੱਖ ਕਰਨ ਵਾਲੇ, ਅਜੇ ਦੇਖਦੇ ਹਾਂ ਕੀ ਕਰਨਾ, ਕੀ ਮਾਹੌਲ ਬਣਦਾ ਹੈ। ਸੋ ਉਸ ਤੋਂ ਬਾਅਦ ਫਿਰ ਕਰਦੇ ਹਾਂ ਸਾਰਾ ਪ੍ਰੋਗਰਾਮ ਸ਼ੁਰੂ। ਉਹ ਤਾਂ ਸਾਡੀ ਪਾਰਟੀ ਨੇ ਪਹਿਲਾਂ ਹੀ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਵੀ 4 ਹਫ਼ਤਿਆਂ ਦੇ ਵਿੱਚ ਜਿਹੜਾ ਚਿੱਟੇ ਦਾ ਨਸ਼ਾ ਵਾ, ਕੈਮੀਕਲ ਡਰੱਗ ਜਿਹੜਾ ਉਹ ਲੈ ਕੇ ਸਾਡੇ ਸੈਂਕੜੇ ਬੱਚੇ ਮਰਦੇ ਜਾ ਰਹੇ, ਉਹ ਸਾਰਿਆਂ ਨੂੰ ਪਹਿਲਾਂ ਤੋਂ ਚਿੱਟੇ ਦਾ ਨਸ਼ਾ ਬੰਦ ਕਰਨਾ, ਲਾਅ ਐਂਡ ਆਰਡਰ ਮੇਨਟੇਨ ਕਰਨਾ, ਔਰ ਸੂਬੇ ਦੇ ਵਿਕਾਸ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨੀ ਨੂੰ ਬਿਹਤਰ ਕਰਨ ਵਾਸਤੇ, ਨੌਜਵਾਨਾਂ ਦੀ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਲਈ ਉਹ ਅਸੀਂ ਜਿਹੜੇ ਆ ਉਹ ਸਾਰੇ ਕੰਮ ਜਿਹੜੇ ਅਸੀਂ ਸ਼ੁਰੂ ਕਰਾਂਗੇ। ਚੋਣ ਮੈਨੀਫੈਸਟੋ ਦੇ ਰਾਹੀਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਆ, ਜੋ ਵੀ ਅਸੀਂ ਇਸ ਮੈਨੀਫੈਸਟੋ ਦੇ ਰਾਹੀਂ ਕੀਤੇ ਆ ਉਹ ਸਾਡੀ ਕੋਸ਼ਿਸ਼ ਹੋਊਗੀ ਵੀ ਜਲਦ ਤੋਂ ਜਲਦ ਪੂਰੇ ਕਰਕੇ ਅਤੇ ਅਸੀਂ ਲੋਕਾਂ ਨੂੰ ਜਿਹੜਾ ਵਾ ਉਹ ਸਹੂਲਤਾਂ ਦੇ ਸਕੀਏ।